ਇਹ ਪਰਥ ਦੀ ਇੱਕੋ ਇੱਕ ਨੈਰੋ ਗੌਜ ਟ੍ਰੇਨ ਵਾਈਟਮਨ ਪਾਰਕ ਵਿੱਚ ਚੱਲਦੀ ਹੈ ਅਤੇ ਇਸ ਨੂੰ ਦੇਖ ਕੇ ਇੱਦਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਕਿਸੇ ਪੁਰਾਣੇ ਸਮਿਆਂ ਵਿੱਚ ਪਹੁੰਚ ਚੁੱਕੇ ਹੋਈਏ। ਹਾਂਜੀ, ਕੀ ਹਾਲ ਹੈ ਜੀ ਸਾਰਿਆਂ ਦਾ? ਉਮੀਦ ਆ ਸਾਰੇ ਠੀਕ ਹੋਣਗੇ। ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ, ਅਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਵਾਈਟਮਨ ਪਾਰਕ ਪਰਥ। ਇਹ ਪਾਰਕ ਪਰਥ ਤੋਂ ਲਗਭਗ 30 ਮਿੰਟ ਦੂਰ 1986 ਵਿੱਚ ਓਫੀਸ਼ੀਅਲੀ ਓਪਨ ਹੋਇਆ ਸੀ ਅਤੇ ਇਸ ਦਾ ਨਾਮ ਵਾਈਟਮਨ ਪਾਰਕ ਇਸ ਦੇ ਪੁਰਾਣੇ ਓਨਰ ਲਿਓ ਵਾਈਟਮਨ ਦੇ ਨਾਮ 'ਤੇ ਰੱਖਿਆ ਗਿਆ ਹੈ। ਇਸ ਵਿੱਚ ਬਹੁਤ ਸਾਰੀਆਂ ਦੇਖਣ ਵਾਲੀਆਂ ਜਗ੍ਹਾਵਾਂ ਦੇ ਵਿੱਚੋਂ ਇੱਕ ਲੁੱਕਆਊਟ ਹਿੱਲ ਹੈ ਜੋ ਕਿ ਇੱਕ ਬਹੁਤ ਹੀ ਕੁਆਇਟ ਏਰੀਆ ਹੈ ਜਿੱਥੇ ਕਿ ਅਸੀਂ ਪੂਰੇ ਬੁਸ਼ਲੈਂਡ ਦਾ ਵਿਊ ਦੇਖ ਸਕਦੇ ਹਾਂ। ਬਟ ਇੱਕ ਮੇਨ ਚੀਜ਼ ਜੋ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦਿਖਾ ਜਾ ਰਹੇ ਹਾਂ ਉਹ ਹੈ ਬੈਨਟ ਬਰੂਕ ਰੇਲਵੇ ਦੁਆਰਾ ਚਲਾਈ ਜਾਂਦੀ ਇੱਕ ਨੈਰੋ ਗੇਜ ਟ੍ਰੇਨ। ਚਲੋ ਤੁਹਾਨੂੰ ਅੱਜ ਉਸ ਦੇ ਸਫ਼ਰ 'ਤੇ ਲੈ ਕੇ ਚੱਲਦੇ ਹਾਂ। ਇਹ ਜਿਹੜਾ ਤੁਸੀਂ ਹੁਣ ਸਟੀਮ ਇੰਜਨ ਦੇਖ ਰਹੇ ਹੋ ਇਹਦਾ ਨਾਮ ਬੈਟੀ ਥੌਮਸਨ ਪੈਰੀ ਨੰਬਰ 1 ਹੈ। $10 ਪੇ ਕਰਕੇ ਤੁਸੀਂ ਇਸ ਓਲਡ ਫੈਸ਼ਨ ਸਟੀਮ ਇੰਜਨ ਦੁਆਰਾ ਚੱਲਣ ਵਾਲੀ ਟ੍ਰੇਨ ਦੀ ਰਾਈਡ ਦਾ ਲੁਤਫ ਉਠਾ ਸਕਦੇ ਹੋ। ਸੰਤਾਲੀ ਵਿੱਚ ਬਣਿਆ ਇਹ ਇੰਜਨ ਪੈਰੀ ਇੰਜੀਨੀਅਰਿੰਗ ਆਫ ਐਡੀਲੇਡ ਦੁਆਰਾ ਸ਼ੂਗਰ ਇੰਡਸਟਰੀਜ਼ ਲਈ ਬਣਾਇਆ ਗਿਆ ਸੀ। ਬਾਅਦ ਵਿੱਚ ਇਸ ਨੂੰ 1990 ਵਿੱਚ ਮਾਲਕੋਮ ਥੌਮਸਨ ਨੇ ਖਰੀਦ ਲਿਆ ਸੀ ਅਤੇ 1996 ਵਿੱਚ ਰਿਸਕੋ ਕਰਕੇ ਇਹਦਾ ਜਿਹੜਾ ਨਾਮ ਪੈਟੀ ਥੌਮਸਨ ਰੱਖਿਆ ਗਿਆ। ਪੈਟੀ ਜੋ ਕਿ ਮਾਲਕੋਮ ਦੀ ਵਾਈਫ ਦਾ ਨਾਮ ਸੀ। Thank you.
इस ट्रेन का सफ़र करके सानू बहुत ही वधिया लग्या। तो इस ट्रेन के अलावा पर्थ की इको एक जो कि ट्रैम सर्विस है वह भी इस पार्क में चलती है। ट्रेन की राइड लैन लई तुहानू $6 की टिकट लैनी पैनी है। तो इन दोनों ट्रेन दे विच ते ट्रैम दे विच जदों भी आपां टिकट खरीददे हाँ तां उह पूरे दिन लई वैलिड हुंदी है। मतलब कि पूरे दिन दे विच आपां किन्ने वारी भी इन्हां ते सफ़र कर सकदे हां। इस तो बाद कुछ खाने पीने लिए असी विलेज कैफे विच चले गए। तकरीबन 4:30 बजे खा पी के असी घर वापसी कर दिती। थैंक यू फॉर वॉचिंग दिस वीडियो एंड प्लीज़ लाइक एंड सबसक्राइब। ਅਤੇ ਅਗਲੀ ਵੀਡੀਓ ਵਿੱਚ ਤੁਹਾਨੂੰ ਟਰੈਕਟਰ ਅਤੇ ਮੋਟਰ ਮਿਊਜ਼ੀਅਮ ਦਿਖਾਵਾਂਗੇ। ਥੈਂਕ ਯੂ।